रही दा क्योंकि सिंघा ने पूछा सी वाहेगुरु महाराज किसान आ खेतीबाड़ी करते हैं फिर किन्ने पाप हो जाते हैं। सो महाराज कहते कोई ना गुरु नमित कढ़ी जाओ, गुरु नूं तां लोड़ नहीं, संगतां नूं छका देना हुंदा, उह विचों अपना आप कढ़ना हुंदा, उहदे नाल फिर की हुंदा है उह वधिया हो जाता है, कमाई ठीक हो जाती है। सो 200 रुपया तू मेरे को ले जा, उत्थे मत्था टेक दई गुरु के लंगर विच। कहन लगे पिता जी एक गल होर दसो, इहदा कोई फायदा भी है। देखो आप कणक का एक दाना पिता जी बीजते हैं, वो फिर बूटा होंगे सिट्टा होंगे किन्ने दाने होंगे, छोलियां का एक दाना बीजते हैं वह किन्ने हो जाते हैं, गिठक गन्ना लाने किन्ने हो जाते हैं। सो उत्थे जिहड़ा आप दान करना है गुरु चरणा विच इहदा कोई फायदा हैगा? वो कह लगे हाँ हैगा, मैं गुरु चरणा विच जांदा रहना कदे कदे, उहदे लाभ इस तरह के नाल दसे हुए ने। चरण चरण गुर एक पैंदा जाए जल, सत गुरु कोट पैंदा आगे होए लेट। सिमरन ताहे बारन बार गुर हेत है। पावनी भगत पाए कौड़ी अगर भाग राखे, ताहे गुरु सर्व सिख को प्याए पानी असमेत जग फल सिख को जवाए। जैसे सत मंदर हां जी कंचन के उसार दीने, ऐसा फल सिख को एक शब्द सिखाए। जैसे 20 बार दर्शन साधु किया काहो, तैसा फल सिख को चाप पग सवाए। देख पावनी भगत पाए कौड़ी अगर भाग राखे, थोड़े विचों थोड़ा ताहे गुरु सर्व अनुधान दान देत। जे मिट्टी च बीजा इन्ना होंदा है, गुरु घर बीजा दा फिर तां बहुत ज्यादा वाधा होंदा। फिर इत्थे बस नहीं, 5 बार गंग जाए बार पंच प्राग नाए, तै सब पुन एक गुरसिख को नवाएगा, जल लिया के स्नान कराउणा होवे गुरसिख। दूसरा
ਪਾਉ ਕਰ ਖੁਰਕੇਤ ਸਿੱਖ ਕੋ ਪਿਆਏ ਪਾਣੀ, ਪਿਆਸ ਲੱਗੀ ਹੋਈ ਹੈ ਉਹਨੂੰ, ਅਸਮੇਤ ਜੱਗ ਫਲ ਸਿੱਖ ਕੋ ਜਵਾਏ ਕੋ। ਅਸਮੇਤ ਜੱਗ ਦਾ ਜਿੰਨਾ ਪੁੱਲ ਹੁੰਦਾ ਹੈ, ਇੰਨਾ ਗੁਰਸਿੱਖ ਨੂੰ ਭੁੱਖ ਲੱਗੀ ਹੋਈ ਹੈ, ਉਹਨੂੰ ਲੰਗਰ ਛਕਾਉਣ ਦਾ ਇੰਨਾ ਫਲ ਹੈ, ਜੈਸੇ ਸੱਤ ਮੰਦਰ ਕੰਚਨ ਕੇ ਉਸਾਰ ਦੀ ਨੇ। ਭਾਈ ਗੁਰਦਾਸ ਜੀ ਲਿਖਦੇ ਨੇ, ਵੱਡੇ ਵੱਡੇ ਬਣਾ ਕੇ ਸੋਨੇ ਦੇ ਦਾਨ ਕਰ ਦੇਵੇ। ਤੈਸਾ ਫਲ ਸਿੱਖ ਕੋ ਇੱਕ ਸ਼ਬਦ ਸਿਖਾਏਗਾ, ਇੱਕ ਨਗੁਰੇ ਨੂੰ ਗੁਰੂ ਵਾਲੇ ਬਣਾਉਣਾ, ਇੱਕ ਸ਼ਬਦ ਮੇਰਾ ਪ੍ਰਾਣ ਬਸਤਾ। ਹੋਰ ਪੰਜ ਪਿਆਰੇ ਦੇ ਦਿੰਦੇ ਨੇ, ਜੈਸੇ 20 ਵਾਰ ਦਰਸ਼ਨ ਸਾਧੂ ਕੀ ਆਖਾ। ਤੈਸਾ ਫਲ ਸਿੱਖ ਕੋ ਚਾਪ ਪੱਗ ਸੁਹਾਏਗਾ, ਕੋਈ ਬਜ਼ੁਰਗ ਸਿੱਖ ਹੈ, ਉਹ ਥੱਕ ਗਿਆ, ਬਜ਼ੁਰਗ ਹੈ, ਬੁੱਢਾ ਹੈ, ਉਹ ਕਿਸੇ ਭਾਈ ਨੇ ਉਹਨੂੰ ਗੁੱਟ ਨੱਪ ਦਿੱਤਾ। ਪਰ ਗੁਰਮਤਿ ਵਿੱਚ ਇਹ ਹੈ ਵੀ ਮਾਈਆਂ ਆਪਣੇ ਪਤੀ ਦੇ ਸਰੀਰ ਨੂੰ ਹੱਥ 'ਤੇ ਲਾ ਸਕਦੀਆਂ, ਬਾਕੀ ਬਿਲਕੁਲ ਨਹੀਂ ਕਿਸੇ ਦੇ। ਜਾਂ ਉਹਦਾ ਮਤਲਬ ਕੋਈ ਪਿਤਾ ਹੈ, 100 ਸਾਲ ਦਾ ਹੈ, ਉਹ ਐਸਾ ਕੋਈ ਸੇਵਾ ਕਰ ਦਿੱਤੀ, ਕੱਪੜੇ ਧੋ ਦਿੱਤੇ, ਐਸਾ ਹੁੰਦਾ ਹੀ ਹੈ, ਬੱਚੇ ਨੂੰ ਕਰਨਾ ਹੀ ਪੈਂਦਾ। ਪਰ ਇਹ ਨਹੀਂ ਹੈ ਵੀ ਉਹ ਉਹਦੇ ਲੱਤਾਂ ਕੁੱਟਦਾ ਫਿਰੇ ਕਿਸੇ ਦੀਆਂ, ਨਾ, ਗੁਰਮਤਿ ਵਿੱਚ ਨਹੀਂ ਹੈ ਐਸਾ। ਭਾਈ ਭਾਈ ਦੀ ਸੇਵਾ ਕਰੇ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏਗਾ। ਦਰੋਪਦੀ ਕਪੀਨ ਮਾਤਰ ਦੇਈ ਜੋ ਮਨੀਸਰੈ ਤਾਂ ਤੇ ਸਵਾ ਮਤ ਵਿਹ ਬਸਨ ਪ੍ਰਵਾਹ। ਜੀ ਦਰਵਾਸ਼ਾ ਰੇਖੀ ਜੀ ਲੱਕ ਲੱਕ ਪਾਣੀ 'ਚ ਖੜੇ, ਉਹ ਬੀਬੀਆਂ ਤੁਰੀਆਂ ਜਾਂਦੀਆਂ ਨਦੀ ਦੇ ਕੰਢੇ। ਉਸ ਵੇਲੇ ਕਹਿਣ ਲੱਗੀਆਂ, ਰੇਖੀ ਪਿਤਾ ਜੀ ਨਮਸਕਾਰ, ਕਿਵੇਂ ਖੜੇ ਪੈਰ ਦਿਨ ਚੜਿਆ, ਅੱਜ ਪਾਣੀ 'ਚ ਹੀ ਖਲੋਤੇ ਹੋ। ਕਹਿੰਦੇ ਬੇਟਾ ਮੇਰਾ ਤਾਂ ਰੁੜ ਗਿਆ ਉਹ ਕੱਪੜੇ, ਲਮੋਟੀ ਜੀ ਰੁੜ ਗਈ, ਇਸ ਕਰਕੇ ਮੈਂ ਖੜਾ। ਸੋ ਦਰੋਪਦੀ ਨੇ ਆਪਣਾ ਕੱਪੜਾ ਜਿਹੜਾ ਸੀ ਨਾ ਉਹਦੇ ਨਾਲੋਂ ਪਾੜ ਕੇ ਰਿਖੀ ਜੀ ਨੂੰ ਦਿੱਤਾ। ਕਹਿੰਦੇ ਲਓ ਪਿਤਾ ਜੀ। ਉਹ ਬੰਨ ਕੇ ਬਾਹਰ ਨਿਕਲਿਆ। ਉਹਨਾਂ ਨੇ ਪਿਆਰ ਦਿੱਤਾ, ਕਹਿੰਦੇ ਅੱਛਾ, ਇੱਕ ਇੱਕ ਤੰਦ ਦੇ ਬਦਲੇ ਵਿੱਚ ਮਹਾਰਾਜ ਤੇਰੇ ਲੋਕ ਪਰਲੋਕ ਪੜਦੇ ਟੱਕੇ, ਇਹਦਾ ਸਵੇਰ ਦੇ ਖੜੇ ਠੰਡੇ ਪਾਣੀ 'ਚ। ਦਰੋਪਦੀ ਕਪੀਨ ਮਾਤਰ ਦੇਈ ਜੋ ਮਨੀਸਰੈ ਤਾਂ ਤੇ ਸਵਾ ਮਦ ਵਿਹੋ ਬਸਨ ਪ੍ਰਵਾਹਾ। ਜੀ ਤਨਕ ਤੰਦਲ ਜਗਦੀਸ਼ਰ ਦੇ ਸੁਦਾਮੇ ਤਾਂ ਤੇ ਪਾਏ ਚੱਥਰ ਪਦਾਰਥ ਅਥਾਹਾ। ਜੀ ਦੁੱਖ ਤ ਗਜੇਂਦੇ ਅਰਬਿੰਦ ਕਹੇ ਪੇਟ ਰਾਖੇ, ਤਾਂ ਕੇ ਕਾਟੇ ਚੱਕਰ ਪਾਨ ਆਨ ਗ੍ਰਸੇ। ਗ੍ਰਾਹਾ ਜੀ ਕਿਆ ਕੋਈ ਕਰੇ ਕਿਸ ਹੋਤ ਨਾ ਕਾਹੂ ਕੇ ਕੀਏ, ਗਾਕੀ ਪ੍ਰਭੂ ਮਾਨ ਲਹੇ ਸਭੇ ਸੁਖ ਤਾਏ। ਸੋ ਸਾਡੇ ਗੁਰਮਤਿ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਾਕਾ ਇਸ ਤਰ੍ਹਾਂ ਦੇ ਨਾਲ ਬੜੇ ਬੜੇ ਬਚਨ ਦੱਸੇ ਨੇ। ਸੋ ਗੁਰੂਆਂ ਦੇ ਤਾਂ ਬਹੁਤ ਵੱਡਾ ਫਲ, ਬਹੁਤ ਸੁੱਖ ਮਿਲਦਾ। ਕਹਿੰਦੇ ਪਿਤਾ ਜੀ ਤੁਸੀਂ 200, ਮੈਂ 400 ਕੋਲੋਂ ਲੈ ਕੇ ਜਾਂਦਾ, ਕੋਈ ਨਾ 600 ਰੁਪਇਆ ਮੈਂ ਉੱਥੇ ਪਾਉਂ ਗੁਰੂ ਕੇ ਲੰਗਰ 'ਚ। ਕਹਿੰਦੇ ਕਾਕਾ ਇੱਕ ਗੱਲ ਹੋਰ ਸੁਣ, ਤੂੰ ਚੱਲਿਆ ਪਹਿਲੀ ਵਾਰੀ, ਹੋਰ ਵੀ ਕੁਛ ਚੱਲਿਆ ਉਜੈਨ ਤੇ ਆਪਣੇ ਇੱਥੋਂ? ਕਹਿੰਦੇ ਹਾਂ, ਮੈਂ ਸੁਣਿਆ ਕੁਛ ਚੱਲੀ ਹੈ ਸੰਗਤ। ਕਹਿੰਦੇ ਚੰਗਾ, ਉਹਨਾਂ ਦੇ ਨਾਲ ਜਾ, ਪਰ ਐਂ ਕਰੀ, ਇੱਕ ਬਹੁਤ ਯਾਦ ਰੱਖਣ ਵਾਲੀ ਗੱਲ ਹੈ, ਜੇ ਗੁਰੂ ਘਰ ਚੱਲਿਆ ਨਾ ਕੁਛ ਲੈ ਕੇ ਆਉਣਾ, ਧਿਆਨ ਨਾਲ ਜਾਈ, ਇਕੱਲਾ ਜਾਈ। ਕਹਿੰਦੇ ਉਹ ਤਾਂ ਬਹੁਤ ਸਾਰੇ ਨਾਲ ਜਾ ਰਹੇ। ਕਹਿੰਦੇ ਉਹ ਭਾਵੇਂ ਤੂੰ ਸਾਰੀ ਨਗਰੀ ਲੈ ਜਾ। ਉਹ ਜਿਹੜਾ ਹੁੰਦਾ ਨਾ ਇਕੱਲਾ ਜਾਣਾ ਗੁਰੂ ਪੀਰਾਂ ਕੋਲ, ਉਹਦੇ ਅਰਥ ਹੋਰ ਹੁੰਦੇ ਨੇ। ਸੰਤਨ ਕੋ ਮਿਲ ਲੈ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਪਾਉਣ ਦੀਜੇ ਆਗੇ ਹੋਏ ਸੋਏ। ਉਹ ਇਕੱਲਾ ਪਤਾ ਕਿਹਨੂੰ ਕਹਿੰਦੇ ਨੇ? ਇੱਕ ਤਾਂ ਬੇਟਾ ਕਾਮ ਵਾਸਨਾ ਨਾ ਲੈ ਕੇ ਜਾਈ, ਉੱਥੇ ਸੰਗਤ ਵਿੱਚ ਇੱਕ ਵਾਰੀ ਵੀ ਮਾੜੀ ਨਿਗਾਹ ਨਾਲ ਦੇਖ ਲਿਆ, ਕੱਖ ਨਹੀਂ ਉਹ ਰਹਿਣਾ ਤੇਰੇ ਪੱਲੇ, ਨਾ ਤੇਰੇ ਦਾਨ ਦੂਰ ਫੜਨ, ਨਾ ਕੁਛ ਇਹੋ ਜਿਹਾ। ਸੋ ਇਸ ਤਰ੍ਹਾਂ ਦੇਖ ਭਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ, ਸੱਚੀ ਮੁੱਚੀ ਆਪਣੀ ਪੁੱਤਰੀ ਜਾਣੀ, ਸੱਚੀ ਮੁੱਚੀ ਆਪਣੀ ਭੈਣ ਜਾਣੀ, ਸੱਚੀ ਮੁੱਚੀ ਆਪਣੀ ਮਾਂ ਜਾਣੀ। ਜਿਵੇਂ ਘਰ ਵਿੱਚ ਰਹਿਣਾ ਹੈ ਆਪਣੇ, ਹੈਗਾ ਪਰਿਵਾਰ? ਕਹਿੰਦੇ ਹਾਂ, ਬਸ ਮਨ ਦੀ ਸੂਈ ਇੱਥੇ ਰੱਖੀ, ਜਿੱਥੇ ਮਰਜ਼ੀ ਤੁਰਿਆ ਫਿਰ। ਦੂਸਰਾ ਹੁੰਦਾ ਹੈ ਕ੍ਰੋਧ ਗੁੱਸਾ, ਉੱਥੇ ਭੀੜ ਵੀ ਹੋਣੀ ਹੈ, ਲੱਖਾਂ ਲੱਖਾਂ ਸੰਗਤ ਵੀ ਹੋਣੀ ਹੈ, ਮਾੜੀ ਜਿਹੀ ਗੱਲ ਤੇਰਾ ਗੁੱਸਾ ਹੀ ਨਾ ਥੱਲੇ ਆਵੇ, ਮੈਂ ਜਾਣਦਾ ਤੈਨੂੰ, ਤੂੰ ਲੜ ਪੈਣਾ ਘਰ। ਸੋ ਇਹ ਕ੍ਰੋਧ ਨਾਲ ਲੈ ਕੇ ਨਾ ਜਾਈ, ਇਹ ਮੈਂ ਤੈਨੂੰ ਦੱਸ ਦਿੰਦਾ। ਤੀਸਰਾ ਹੁੰਦਾ ਲੋਭ, ਉਹ ਇਹ ਹੈ ਵੀ ਕਿਤੇ ਹੋਰ ਹੀ ਕੁਛ ਨਾ ਕਰੀ। ਜਿਵੇਂ ਤੁਲਸੀਦਾਸ ਦੀ ਕਥਾ ਆਉਂਦੀ ਹੈ, ਮਹਾਤਮਾ ਹੋਏ ਨੇ ਉਹ, ਗਏ ਉੱਥੇ ਯਾਤਰਾ 'ਤੇ, ਉੱਥੋਂ ਮੂਰਤੀਆਂ ਲੈ ਕੇ ਆਏ ਬੜੀਆਂ ਸੋਹਣੀਆਂ, ਰਾਮ ਜੀ ਦੀ, ਕ੍ਰਿਸ਼ਨ ਜੀ ਦੀ।
ਉਹ ਬਾਅਦ ਵਿੱਚ ਭਗਵਾਨ ਸੰਤਾਂ ਦੇ ਰੂਪ ਵਿੱਚ ਆਏ। ਕਹਿੰਦੇ ਕਿਉਂ ਬਈ, ਕਿੱਥੇ ਨੇ ਤੁਹਾਡੇ ਸਵਾਮੀ ਜੀ? ਕਹਿੰਦੇ ਬਾਬਾ ਜੀ, ਉਹ ਤਾਂ ਗਏ ਹੋਏ ਨੇ ਗੰਗਾ ਇਸ਼ਨਾਨ ਕਰਨ ਵਾਸਤੇ, ਫਿਰ ਹਰਿਦੁਆਰ ਗਏ ਨੇ। ਕਹਿੰਦੇ ਨਾ, ਉਹ ਤਾਂ ਮੂਰਤੀਆਂ ਖਰੀਦਣ ਗਏ ਨੇ, ਲਈ ਆਉਂਦੇ ਨੇ ਬਥੇਰੀਆਂ। ਉਹ ਆਏ, ਪੁੱਛਿਆ ਵੀ ਬਾਅਦ ਕੋਈ ਆਇਆ ਸੀ ਇੱਥੇ? ਕਹਿੰਦੇ ਹਾਂ, ਉਹ ਤਾਂ ਮਹਾਰਾਜ ਸਨ, ਮੈਨੂੰ ਹੀ ਸਮਝਾਉਣ ਵਾਸਤੇ ਉਹਨਾਂ ਕਿਹਾ। ਫਿਰ ਗਏ ਉਹ, ਫਿਰ ਆਏ, ਤੁਹਾਡੇ ਸਵਾਮੀ ਜੀ ਕਿੱਥੇ ਨੇ? ਉਹ ਜਾ ਇਸ਼ਨਾਨ ਕਰਨ ਗਏ ਨੇ। ਕਹਿੰਦੇ ਨਾ, ਮੂਰਤੀਆਂ ਫੋੜਨ ਗਏ ਨੇ। ਉਹ ਫਿਰ ਆਏ, ਕਹਿੰਦੇ ਲੈ ਵੀ ਚੱਕਰ ਆਵੇਂ ਗਿਆ। ਤੀਜੀ ਵਾਰੀ ਫਿਰ ਗਏ, ਕਹਿੰਦੇ ਸਵਾਮੀ ਜੀ ਕਿੱਥੇ ਗਏ ਨੇ? ਉਹ ਫਿਰ ਮਹਾਤਮਾ ਸ਼ਕਲ ਬਦਲ ਕੇ ਆ ਗਏ। ਕਹਿੰਦੇ ਜੀ, ਇਸ਼ਨਾਨ ਕਰਨ ਗਏ ਨੇ। ਕਹਿੰਦੇ ਹਾਂ, ਹੁਣ ਇਸ਼ਨਾਨ ਕਰਨ ਗਏ ਨੇ। ਕਈ ਹੁੰਦਾ, ਕਈ ਵਾਰੀ ਮਨ 'ਚ ਆਉਂਦਾ ਵੀ ਚਲੋ ਆਪਾਂ ਹਜ਼ੂਰ ਸਾਹਿਬ ਜਾਣਾ, ਹਜ਼ਾਰ ਹਜ਼ਾਰ ਰੁਪਈਆ ਰੱਖ ਲੈਂਦੇ ਟਰੱਕ ਦਾ, ਨਾਲੇ ਤਾਂ ਆਪਣਾ ਬਣ ਗਿਆ ਪਾੜਾ, ਨਾਲੇ ਮੱਥਾ ਟੇਕ ਆਵਾਂਗੇ, ਨਾਲੇ ਬਿਜ਼ਨਸ ਸੋਹਣਾ। ਵੀ ਜਾਣਾ ਤਾਂ ਕੁੰਜ ਨਹੀਂ ਜਾਇਆ ਜਾਂਦਾ, ਉਹ ਵਿੱਚ ਰੱਖਣਾ ਵੀ ਨਫ਼ਾ ਮਿਲੇ। ਇਹ ਜਾਂਦਾ ਨਹੀਂ ਫਲ ਫਲਦਾ, ਫਲੀਭੂਤ ਨਹੀਂ ਹੁੰਦਾ। ਨਨਕਾਣਾ ਸਾਹਿਬ ਜਾਣਾ, ਹਾਂ ਕਹਿੰਦੇ ਮਨਜ਼ੂਰੀ ਮਿਲ ਜਾਂਦੀ ਉੱਥੋਂ ਦਿੱਲੀਆਂ। ਉੱਥੇ ਕਹਿੰਦੇ ਲੌਂਗ ਬੜੇ ਸਸਤੇ, ਲਾਚੀਆਂ ਬੜੀਆਂ ਸਸਤੀਆਂ, ਭਰੇ ਤੇ ਉਹ ਵੀ ਝੋਲਾ ਭਰ ਲਿਆਵਾਂਗੇ, ਨਾਲੇ ਕਿਰਾਇਆ ਨਿਕਲੋ, ਨਾਲੇ ਯਾਤਰਾ ਕਰਾਂਗੇ। ਇਹੋ ਜਿਹੇ ਚੀਜ਼ਾਂ ਖਰੀਦਣ ਜਾਂਦੇ ਨੇ ਵਪਾਰੀ ਹੁੰਦੇ ਨੇ, ਉਹ ਮੱਥਾ ਮੁੱਥਾ ਟੇਕਣ ਨਹੀਂ ਜਾਂਦਾ। ਸੋ ਕਾਕਾ, ਐਸੀ ਗੱਲ ਨਾ ਕਰੀ ਵੀ ਉੱਥੇ ਜਾ ਕੇ ਤੂੰ ਮਨ ਵਿੱਚ ਲੋਭ ਲੈ ਆਵੇਂ, ਕਿਉਂਕਿ ਤੇਰੀ ਹਰ ਗੱਲ ਹੋਰ ਤਰ੍ਹਾਂ ਦੀ ਹੈ, ਇਕੱਲਾ ਹੀ ਜਾਏ। ਉਸ ਤੋਂ ਬਾਅਦ ਹੈ ਮੋਹ, ਚੱਲਿਆ ਤੂੰ ਯਾਤਰਾ 'ਤੇ, ਉੱਥੇ ਜਾ ਕੇ ਤੇਰਾ ਤੱਕਰੇ ਹੀ ਧਿਆਨ ਹੈ ਵੀ ਮੇਰੇ ਪਾਪੇ ਦਾ ਕੀ ਹਾਲ ਹੈ, ਮੇਰੇ ਨਿਆਣਿਆਂ ਦਾ ਕੀ ਹੈ। ਉਹ ਵਾਹਿਗੁਰੂ ਰਾਖਾ, ਤੂੰ ਜਾ, ਇਹ ਤਾਂ ਹੁੰਦਾ ਹੀ ਹੈ। ਉੱਧਰੋਂ ਤਾਂ ਉਹ ਧਿਆਨ ਮਹਾਰਾਜ ਦੇ ਚਰਨਾਂ 'ਚ ਕਿਸੇ ਕਿਸੇ ਦਾ ਹੁੰਦਾ। ਗਏ ਯਾਤਰਾ 'ਤੇ, ਰਸਤੇ ਵਿੱਚ ਘੜੀ ਬੁੜੀ ਟੈਲੀਫੋਨ, ਰਾਜੀ ਹੋ, ਜਦੋਂ ਮਰ ਜਾਣਗੇ ਆਈ ਜਿਹੜੇ ਟੈਲੀਫੋਨ, ਰਾਜੀ ਹੋ, ਕੀ ਹਾਲ ਹੈ, ਕਿਵੇਂ ਹੈ, ਕੀ ਹੈ ਫਲਾਣਾ। ਉਹ ਉੱਧਰ ਧਿਆਨ ਕਰ ਜਿੱਧਰ ਚੱਲਿਆ, ਉੱਥੇ ਗਾਂ ਟੈਲੀਫੋਨ, ਹੈਲੋ ਤੁਸੀਂ, ਮੈਂ ਆ ਰਿਹਾ ਇੱਥੇ, ਕਮਰਾ ਮੇਰੇ ਵਾਸਤੇ ਵਧੀਆ ਰੱਖਿਓ, ਬਿਸਤਰੇ ਬੁਸਤਰੇ, ਮੈਂ ਮੱਥਾ ਟੇਕਣ। ਬੜੇ ਰੋਬ ਚਾੜਦੇ ਨੇ। ਸੱਤਵੀਂ ਪਾਤਸ਼ਾਹੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਅੰਮ੍ਰਿਤਸਰ ਗਏ, ਹੋਰ ਕਈ ਥਾਵਾਂ 'ਤੇ ਗੁਰੂ ਜੀ ਗਏ। ਜਿੱਥੇ ਜਾਣ ਬਾਹਰ ਘਾਹ 'ਤੇ ਹੀ ਚਾਦਰਾ ਲੈ ਕੇ ਆਰਾਮ ਕਰਦੇ ਨੇ। ਸਿੱਖਾਂ ਪੁੱਛਿਆ, ਸੱਚੇ ਪਾਤਸ਼ਾਹ ਬੜੇ ਸੋਹਣੇ ਮਕਾਨ ਨੇ। ਕਹਿੰਦੇ ਨਾ, ਸਿੱਖਾਂ ਨੂੰ ਹੀ ਸਮਝਾਉਂਦੇ ਹਾਂ, ਜੇ ਅਸੀਂ ਆਰਾਮ ਨਾਲ ਪਏ ਰਹਿੰਦੇ, ਕਿਤੇ ਕੱਲ੍ਹ ਨੂੰ ਸਾਡੇ ਸਿੱਖ ਰੋਹ ਵੀ ਨਾ ਝਾੜਨ ਗੁਰਦੁਆਰਿਆਂ 'ਚ, ਵੀ ਮੈਂ ਆ ਗਿਆ, ਮੈਂ ਆ ਗਿਆ ਮੈਂ। ਸੋ ਇਸ ਤਰ੍ਹਾਂ ਯਾਤਰਾ ਸਫਲ ਹੀ ਨਹੀਂ ਹੁੰਦੀ ਹੁੰਦੀ, ਇਹੋ ਦੱਸਿਆ ਹੈ। ਸਾਥ ਨਾ ਲੀਜੈ ਕੋਏ ਜੀ, ਜੇ ਸੰਤਾਂ ਨੂੰ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ ਜੀ, ਜੇ ਸੰਤਾਂ ਨੂੰ ਮਿਲਣੇ ਜਾਈਏ, ਇਕੱਲਾ ਹੀ ਕਾਕਾ ਜਾਈ। ਪੰਜਵਾਂ ਹੁੰਦਾ ਹੰਕਾਰ, ਉਹ ਨਾ ਮਨ 'ਚ ਲਿਆ ਵੀ ਮੈਂ ਗੁਰੂ ਮਹਾਰਾਜ ਕੋਲ ਛੱਡਿਆ ਚੱਲਿਆ, ਸਾਡੇ ਤਾਂ ਉੱਥੇ ਜ਼ਮੀਨ ਬੜੀ ਹੈ, ਸਾਡੇ ਤਾਂ ਕਾਰੋਬਾਰ ਬੜਾ ਹੈ, ਹੁੰਦਾ ਹੀ ਹੈ। ਅਤੇ ਜਦੋਂ ਆਪਾਂ ਆਉਂਦੇ ਹਾਂ ਗੁਰਦੁਆਰੇ, ਗੁਰੂ ਗ੍ਰੰਥ ਸਾਹਿਬ ਮੱਥਾ ਟੇਕਣ, ਉਹ ਸਾਡੇ ਨਾਲ ਕਈ ਕੁਛ ਚੰਬੜਿਆ ਹੁੰਦਾ ਵੀ ਇੰਨੀ ਮੇਰੀ ਜ਼ਮੀਨ ਹੈ, ਇੰਨੇ ਮੇਰੇ ਪੈਸੇ ਨੇ, ਇੰਨਾ ਮੇਰਾ। ਗੁਰੂ ਨੂੰ ਪੁੱਛੀਏ ਵੀ ਮਹਾਰਾਜ ਤੁਹਾਡਾ ਕੀ ਵਿਚਾਰ ਹੈ ਸੱਚੇ ਪਾਤਸ਼ਾਹ? ਮਹਾਰਾਜ ਕਹਿੰਦੇ ਇਕੱਲੇ ਆਉਣਾ ਸੀ, ਧਨ ਪਉਂ ਕਾ ਕਰੇ ਗਵਾਨ, ਸੋ ਮੂਰਖ ਅੰਧਾ ਅਗਿਆਨ। ਕਹਿੰਦੇ ਮੂਰਖ ਹੈ ਤੂੰ ਤਾਂ,
मैं तकड़ा बड़ा, मैं फलाने नूं ढा लिया, मैं फलाने नूं ढा लिया, जो जाना मैं जो बरबंत सो होवत विष्टा का जंत लै। उदू कले ही आना सी, देह किड़े किड़े भगत रब दा रूप, सगल कलेश निंदक पया खेद, नामे नारायण ना ही भेद, राम कबीरा एक पे हैं कोई ना सके पहचाने, किड़े किड़े महापुरुष किड़े किड़े भगतां दी बाणी गुरु ग्रंथ साहिब दे विच है। मैं सवेरे उठ के ठंडे पानी ना नहा लिया, जिन्हां ने 36-36 साल तपस्या कीती, फिर जी ने 12 साल पहला, 12 साल फिर, 12 साल मुर्शद नाल। पहला तो आप जी ने 12 साल बंगाल विच लाए, फिर अगले 12 साल कश्मीर विच लाए, फिर ख्वाजे दी जमीर मुर्शद को लाए, 36-36 साल तपस्या करके अपना आप नहीं जना रहे। तू अज ही ना आके अकड़िया फिर, जिन्हों मत्था टेकन लगे दे कौन ने छाने भी गुरु महाराज का रूप ने, गुरबाणी गुरु स्वरूप है, सो कल्ला ही आ जे कुछ लैना ना खाली झोली लिया। अगे ही घड़ा उहदे विच मरचां कुट कुट के भरियां, गुड़ कित्थों पै जाणा। सो जिहड़ा हंकार हुंदा काका, इह बड़े बड़े स्थानां ते जा के भी पल्ले कुछ पैण नहीं दिंदा, संगत भावें सारी उजैन नगरी लै जाए ना गुरु नहीं रोकदा, संगतां कट्ठियां हो जांदियां हुंदियां, पर गल है तेरी अंदर दी, कल्ला ही जाए। कहिंदे पिता जी कोशिश तां मैं करूं, होर कुछ पनीरी कुछ छोले कुछ छकण वास्ते होर कुछ बन दिता, रुपया भी 600 लै लिया दान करन वास्ते, ते उस चल पिया नाल बहुत सारे प्रेमी। रस्ते विच 17 दिन चलते ने, जिते रात पै जाती है कोई सेवा करता है ठीक है, नहीं करता तो है छोले चप लेंदे ने। 17 दिन वाहवा ही लग गए, 2 महीने के लगभग। जदों रोपड़ ते अगे निकले, उस इलाके विच देखिया बड़ी दुनिया जा रही है आनंदपुर साहब। जदों गया नेड़े बड़ी भीड़ है, कई योगी आए हुए ने, कई साधु संत गुरु महाराज तो रस्ता बख्शिश कराने वास्ते आए हुए ने, सिंह फिरते ने, संगत आउंदियां, कोई पैदल कोई गड्डिया ते कोई किवें कोई किवें, भीड़ लखां दुनिया आर जा रही है, बड़ी भीड़ है। मैं तो कहता था मैं ही आया इत्थे। जदों नेड़े जांदा आनंदपुर साहिब ने, देखदा है भी संगत जिहड़ी है इन्ना प्यार सत्कार है, भी उस धरती की तोड़ जिहड़ी है ना वह मत्थे नूं ला रहे ने चुक चुक के, भी धन भाग साढ़े असीं इत्थे मत्था टेकण आ गए गुरु महाराज दे। उहदे बारे इस तरह जब दस्सिया होया, जिथे बैसण साध जन सो थान सुंदा, सेवन समरथ अपना, सेवन समरथ अपना, बिनसै सब मंदा, पत पत धारण पार ब्रह्म, नानक जाचे एक नाम, मन तन पवंदा, जिस जाए बहे मेरा सतगुरु, गुरसिखी सोतन लै तूड़ मुख
ਵੇਖਾਂਗੀ ਜਨਾਨ ਧੂੜੀ ਲੇਖ ਮਟਾਇਆ ਗੁਰੂ ਮਹਾਰਾਜ ਦੇ ਚਰਨ ਪਏ ਹੋਏ ਨੇ ਕਿਣਕਾ ਕਿਣਕਾ ਪਵਿੱਤਰ ਹੋਏ ਆ ਮੱਥੇ ਨੂੰ ਲਾ ਰਹੇ ਨੇ ਦੇਖਦੇ ਵੀ ਇਹਦਾ ਕੀ ਮਤਲਬ ਕਹਿੰਦੇ ਆਏ ਆ ਬਹੁਤ ਉੱਤਮ ਵਸਤੂ ਹੈ ਉਸ ਵੇਲੇ ਕਹਿਣ ਲੱਗਾ ਪੁੱਛਦਾ ਹੈ ਭਾਈ ਇੱਥੇ ਭੀੜ ਬਹੁਤ ਹੈ ਮੈਂ ਅੱਗੇ ਕਦੀ ਆਇਆ ਨਹੀਂ ਇਹਨਾਂ ਵਿੱਚ ਇਹ ਦੱਸੋ ਵੀ ਗੁਰੂ ਗੋਬਿੰਦ ਸਿੰਘ ਜੀ ਕੌਣ ਨੇ ਕਿਸੇ ਨੇ ਕਿਹਾ ਭਾਈ ਅੱਗੇ ਨਹੀਂ ਆਇਆ ਕਹਿੰਦੇ ਨਾ ਭਰਾਵਾ ਨਾ ਮੈਂ ਪਹਿਲੀ ਵਾਰੀ ਆਇਆ ਕਹਿੰਦੇ ਕੋਈ ਨਾ ਉਹ ਕਦੇ ਗੁਜ਼ਰੇ ਨੇ ਉਹ ਤਾਂ ਪਤਾ ਲੱਗ ਜਾਣਾ ਜਦੋਂ ਮਹਾਰਾਜ ਆਉਣ ਵਾਲੇ ਨੇ ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜਿਹਨਾਂ ਨੂੰ ਕਿਹਾ ਜਾਂਦਾ ਜਿਨ੍ਹਾਂ 'ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨਾਂ ਵਾਲੇ ਮਹਾਂਪੁਰਖਾਂ ਦੀ ਬੜੀ ਬਖਸ਼ਿਸ਼ ਕਿਉਂਕਿ ਇਸਨੂੰ ਸਰਦਾਰ ਮਾਰ ਦੇਣ ਲੱਗੇ ਸੀ ਉਹਨਾਂ ਬਚਾਇਆ ਫਿਰ ਮਿਸਲਾਂ ਤੋੜੀਆਂ ਫਿਰ ਇਹਨਾਂ ਨੂੰ ਬਾਦਸ਼ਾਹ ਬਣਾਇਆ ਸੋ ਇਹਨਾਂ ਨੇ ਇਹ ਕਿਹਾ ਵੀ ਸਾਡੇ ਪੂਰੇ ਹਿੰਦੁਸਤਾਨ ਵਿੱਚ ਕੋਈ ਇਹੋ ਜਿਹਾ ਬੰਦਾ ਹੋਵੇ ਜਿੰਨੇ ਸਰੀਰ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੋਣ ਮੈਂ ਉਸਦੇ ਦਰਸ਼ਨ ਕਰਨੇ ਚਾਹੁੰਦਾ ਇੱਕ ਨਿਹੰਗ ਸਿੰਘ ਬਜ਼ੁਰਗ ਉਮਰ ਦਾ ਉਹਨੇ ਕੀਤੇ ਹੋਏ ਸੀ ਉਸਨੂੰ ਬੜੇ ਪਿਆਰ ਸਤਿਕਾਰ ਨਾਲ ਸਿਆਣੀ ਉਮਰ ਦਾ ਸੀ 100 ਸਾਲ ਤੇ ਵੀ 2-4 ਜ਼ਿਆਦਾ ਹੀ ਹੋਣੇ ਉਹ ਆਇਆ ਲਾਹੌਰ ਦੀ ਗੱਲ ਉਸ ਵੇਲੇ ਰਣਜੀਤ ਸਿੰਘ ਜੀ ਅੱਗੋਂ ਹੋ ਕੇ ਬੜੇ ਪਿਆਰ ਸਤਿਕਾਰ ਨਾਲ ਮਿਲੇ ਬਹੁਤ ਸਤਿਕਾਰ ਕੀਤਾ ਬਿਠਾਇਆ ਸੇਵਾ ਜੋ ਕਰਨੀ ਬਣਦੀ ਸੀ ਕੀਤੀ ਜਲ ਪਾਣੀ ਦੀ ਹੱਥ ਜੋੜੇ ਬੇਨਤੀ ਕੀਤੀ ਗੁਰਮੁਖੋ ਟੈਂਗ ਸਿੰਘ ਜੀ ਤੁਸੀਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਨੇ ਕਹਿੰਦੇ ਹਾਂ ਕੱਕਾ ਰਣੀਸ ਆ ਮੈਂ ਤਾਂ ਨਾਲ ਵੀ ਰਿਹਾ ਬਾਬਾ ਚਿਰ ਕਹਿੰਦੇ ਫਿਰ ਕੋਈ ਬਚਨ ਦੱਸੋ ਉਸ ਵੇਲੇ ਬਾਬਾ ਵੀਰ ਸਿੰਘ ਜੀ ਲਿਖਾਰੀ ਕੋਲ ਲਿਖੀ ਜਾਂਦੇ ਨੇ ਨਿਹੰਗ ਸਿੰਘ ਜੀ ਦੱਸੀ ਜਾਂਦੇ ਨੇ ਰਣਜੀਤ ਸਿੰਘ ਜੀ ਪੁੱਛੀ ਜਾਂਦੇ ਨੇ ਕਹਿੰਦੇ ਬਜ਼ੁਰਗ ਬਾਪੂ ਜੀ ਤੁਸੀਂ ਤਾਂ ਧੰਨ ਹੋ ਤੁਸੀਂ ਇਹਨਾਂ ਅੱਖਾਂ ਨਾਲ ਦਰਸ਼ਨ ਕੀਤੇ ਨੇ ਕੋਈ ਬਚਨ ਸੁਣਾਓ ਮਹਾਰਾਜ ਦਾ ਕਹਿੰਦੇ ਦੇਖੋ ਜਿੱਥੇ ਮਹਾਰਾਜ ਬੈਠਦੇ ਹੁੰਦੇ ਸੰਗਤਾਂ ਮੱਥਾ ਟੇਕੀ ਜਾਂਦੀਆਂ ਥੋੜ੍ਹੀ ਦੂਰ ਤੋਂ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਟੇਕ ਦਿੰਦੇ ਅਤੇ ਇੱਕ ਵਾਰ ਦੀ ਗੱਲ ਗੁਰੂ ਮਹਾਰਾਜ ਦੇ ਚਰਨਾਂ ਨੂੰ ਮੇਰੇ ਦੇਖਦਿਆਂ ਦੇਖਦਿਆਂ ਰਣਜੀਤ ਸਿੰਘ ਇੱਕ ਸਿੱਖ ਦਾ ਮੱਥਾ ਲੱਗ ਗਿਆ ਉੱਥੇ ਹੀ ਬਹਿ ਗਿਆ ਉੱਠਿਆ ਹੀ ਨਾ 3 ਦਿਨ ਇਹੋ ਜਿਹੀ ਸਮਾਧੀ ਲੱਗੀ ਵਾਹਿਗੁਰੂ ਵਾਹਿਗੁਰੂ ਰੋਮ ਰੋਮ ਵਿੱਚ ਹੋਵੇ ਇੱਕ ਵਾਰ ਦੀ ਗੱਲ ਮੈਂ ਤੈਨੂੰ ਕੀ ਦੱਸਾਂ ਰਣਜੀਤ ਸਿੰਘ ਗੁੜ ਕਿੱਧਰੋਂ ਮਿੱਠਾ ਹੁੰਦਾ ਹੈ ਨਾਲੇ ਰੋਈ ਜਾਂਦੇ ਨੇ ਪਿਆਰ ਵਿੱਚ ਕਹਿੰਦੇ ਉਹ ਭਾਗਾਂ ਵਾਲੀਆਂ ਰੂਹਾਂ ਜਿੰਨਾ ਦਰਸ਼ਨ ਕੀਤੇ ਅਤੇ ਮਹਾਰਾਜ ਦੇ ਪਵਿੱਤਰ ਬਾਹਾਂ ਦੋਵੇਂ ਗੋਡਿਆਂ ਤੋਂ ਥੱਲੇ ਲੰਬੀਆਂ ਸਨ ਰਣਜੀਤ ਸਿੰਘ ਸਰੀਰ ਕਰਕੇ ਮਹਾਰਾਜ ਬੜੇ ਉੱਚੇ ਲੰਮੇ ਜਵਾਨ ਗੁਰੂ ਮਹਾਰਾਜ ਦੇ ਕੇਸ ਜਦੋਂ ਕੰਘਾ ਕਰਦੇ ਹੁੰਦੇ ਧਰਤੀ 'ਤੇ ਰੁਮਾਲਾ ਵਿਛਾਇਆ ਜਾਂਦਾ ਇੰਨੇ ਲੰਬੇ ਕੇਸ ਹੁੰਦੇ ਗੁਰੂ ਮਹਾਰਾਜ ਦੇ ਫਿਰ ਚੁੱਪ ਕਰ ਜਾਂਦੇ ਨੇ ਫਿਰ ਦੱਸਦੇ ਕਹਿੰਦੇ ਰਣਜੀਤ ਸਿੰਘ ਕਈ ਵਾਰੀ ਗੁਰੂ ਮਹਾਰਾਜ ਸੰਗਤ ਵਿੱਚ ਲੰਗਰਾਂ ਵਿੱਚ ਚੱਕਰ ਲਾਉਂਦੇ ਆ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਕਈ ਵਾਰੀ ਆਪਣੀ ਮਾਇਆ ਸੰਕੋਚ ਲੈਂਦੇ ਪਤਾ ਹੀ ਨਾ ਲੱਗਦਾ ਕਿਹੜੇ ਵੇਲੇ ਲੰਘ ਗਏ ਇੱਕ ਵਾਰੀ ਦੀ ਗੱਲ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸਾਹਿਬ ਸਿੰਘ ਅਤੇ ਮੈਂ ਵੀ ਜਾਲਮ ਸਿੰਘ ਈਸ਼ਰ ਸਿੰਘ ਬਹੁਤ ਸਾਰੇ ਸਿੰਘ ਸੀ ਨਿਤਨੇਮ ਹੱਥਾਂ ਵਿੱਚ ਗੁਟਕੇ ਲੈ ਕੇ ਕਰਦੇ ਸਾਂ ਗੁਰੂ ਮਹਾਰਾਜ 4-5 ਕਰਮਾਂ ਦੂਰ ਬੈਠੇ ਸਨ ਸਵੇਰ ਦਾ ਟਾਈਮ ਜੋ ਦੀਵਾ ਜਗਦਾ ਸੀ ਕਿ ਉਹਦਾ ਪਤਾ ਨਹੀਂ ਯਾਦ ਨਹੀਂ ਰਿਹਾ ਰਣਜੀਤ ਸਿੰਘ ਉਹ ਬੁੱਝ ਗਿਆ ਉਸ ਨੇਰਾ ਉਸ ਵੇਲੇ ਦਇਆ ਸਿੰਘ ਜੀ ਕਹਿਣ ਲੱਗੇ ਚਲੋ ਆਪਾਂ ਪਾਠ ਹੀ ਕਰਨਾ ਥੋੜ੍ਹਾ ਮਹਾਰਾਜ ਵੱਲ ਹੋ ਜਾਂਦੇ ਸੋ ਅਸੀਂ ਫਿਰ ਜਿਹੜਾ ਨਿਤਨੇਮ ਸੀ ਮਹਾਰਾਜ ਦੇ ਪ੍ਰਕਾਸ਼ ਵਿੱਚ ਕੀਤਾ ਉੱਪਰ ਤੱਕ ਐਸੀਆਂ ਗੱਲਾਂ ਜੋ ਗੁਰਬਾਣੀ ਵਿੱਚ ਆਉਂਦੀਆਂ ਨਾ ਪ੍ਰਕਾਸ਼ ਹੀ ਪ੍ਰਕਾਸ਼ ਮੈਂ ਤਾਂ ਅੱਖਾਂ ਨਾਲ ਦੇਖਦਾ ਰਿਹਾ ਗੁਰੂ ਮਹਾਰਾਜ ਤਾਂ ਸ਼ਬਦ ਸਰੂਪ ਨੇ ਉਹ ਜਦੋਂ ਜੋਤੀ ਜੋ ਸਮਾਏ ਨੇ ਨੰਦੇੜ ਉੱਥੇ ਵੀ ਰਣਜੀਤ ਸਿੰਘ ਜਦੋਂ ਮਹਾਰਾਜ ਕਨਾਤ ਲਾ ਕੇ ਅੰਦਰ ਚੱਲੇ ਨੇ ਤਾਂ ਸੰਤੋਖ ਸਿੰਘ ਜੀ ਦੌੜ ਕੇ ਚਰਨਾਂ ਨੂੰ ਜੱਫਾ ਮਾਰਨ ਲੱਗੇ
ਵੀ ਕੁਛ ਵੀ ਕਹਿਣ ਮਹਾਰਾਜ ਨੂੰ ਜਾਣਾ ਹੀ ਨਹੀਂ ਦੇਣਾ ਬਸ। ਹੁਣ ਛਾਤੀ ਨੂੰ ਬਾਹਾਂ ਆ ਵੱਜੀਆਂ, ਚਰਨਾਂ ਨੂੰ ਹੱਥ ਲੱਗਿਆ ਹੀ ਨਹੀਂ। ਮਹਾਰਾਜ ਹੱਸ ਪਏ, ਕਹਿੰਦੇ ਸੰਤੋਖ ਸਿੰਘ, ਗੁਰੂ ਸ਼ਬਦ ਹੁੰਦਾ ਹੈ, ਗੁਰੂ ਸਰੀਰ ਨਹੀਂ ਹੁੰਦਾ। ਕਿੰਨਾ ਤੁਹਾਨੂੰ ਸਮਝਾਇਆ, ਗੁਰੂ ਨਾਨਕ ਜੀ ਬਾਰੇ ਦੱਸਿਆ, ਰਾਜੇ ਸ਼ਿਵਨਾਭ ਨੂੰ ਦਰਸ਼ਨ ਦਿੱਤੇ। ਗੁਰੂ ਨਾਨਕ ਜੀ ਨੇ ਕਹਿਣ ਲੱਗੇ ਰਾਜੇ ਨੂੰ, ਗੁਰੂ ਸ਼ਬਦ ਹੁੰਦਾ, ਸਰੀਰ ਹੁੰਦਾ ਹੀ ਨਹੀਂ। ਉਹ ਰਾਜਾ ਕਹਿਣ ਲੱਗਾ, ਮਹਾਰਾਜ ਤੁਸੀਂ ਦਰਸ਼ਨ ਦੇ ਰਹੇ ਹੋ, ਸਰੀਰ ਹੀ ਹੋ। ਕਹਿੰਦੇ ਲਿਆ ਫਿਰ 2.5 ਗਜ ਕੱਪੜਾ ਲਿਆ, ਬੰਨ ਸਾਡੇ ਲੱਕ ਨੂੰ ਕਮਰ ਕੱਸਾ। ਉਹ ਫਿਰ ਰਾਜਾ ਬੰਨਦਾ, ਉਹ ਐ ਹਵਾ 'ਚ ਆ ਜਾਂਦਾ। ਗੁਰੂ ਨਾਨਕ ਜੀ ਨੂੰ ਵੱਜਿਆ ਹੀ ਨਹੀਂ ਸੀ, ਕਹਿੰਦੇ ਜੀ ਸਰੀਰ ਹੁੰਦੇ ਵੱਜ ਨਾ ਜਾਂਦਾ ਸਾਨੂੰ। ਸੋ ਰਾਜਨ, ਗੁਰੂ ਸ਼ਬਦ ਹੁੰਦਾ, ਸ਼ਬਦ ਵਾਹਿਗੁਰੂ ਸਰੂਪ ਹੁੰਦਾ, ਉਹਦਾ ਤੁਸੀਂ ਜਾਪ ਕਰੋ, ਉਹੀ ਗੁਰੂ ਨਾਨਕ ਹੈ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਣਜੀਤ ਸਿੰਘ ਬਹੁਤ ਕੁਝ ਦੱਸਿਆ ਉੱਥੇ ਹਜ਼ੂਰ ਸਾਹਿਬ। ਕਹਿੰਦੇ ਸੀ ਕਿਸਦੇ ਨਹੀਂ ਚੱਲੇ, ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਦੋ, ਜਿੱਧਰ ਜਪਜੀ ਸਾਹਿਬ ਲਿਖਿਆ, ਜੋਤ ਜਿੱਧਰ 18:20 ਲਿਖਿਆ, ਇੱਧਰ ਗੁਰਮੁਖ ਖੜੇ ਕੀਤੇ ਇੱਕ ਜਿਹੋ ਚੌਰ ਕੀਤਾ ਜਾਂਦਾ, ਪੰਜ ਸਿੰਘ ਐਸਾ ਪੁੱਠੇ ਚੱਲਦੇ ਨੇ। ਸੋ ਇਸ ਤਰ੍ਹਾਂ ਇਹ ਚੱਲਦਾ। ਬੜੇ ਬੱਚਿਆਂ ਨਿਹੰਗ ਸਿੰਘ ਜੀ ਨੇ ਦੱਸੇ, ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਲਿਖੀ ਜਾਂਦੇ ਨੇ, ਮਹਾਰਾਜਾ ਰਣਜੀਤ ਸਿੰਘ ਪੁੱਛੀ ਜਾਂਦੇ ਨੇ। ਸੋ ਵਿਚਾਰ ਹੋ ਰਹੇ ਸੀ ਕਿ ਗੁਰੂ ਮਹਾਰਾਜ ਪਿਓ ਕਿਤੇ ਗੁਜੇ ਤੇ ਵੀ ਪਤਾ ਹੀ ਨਹੀਂ ਲਿਖਣਾ। ਹਰ ਗੋਪਾਲ ਪੁੱਛ ਰਹੇ ਟੀਚਰਾਂ ਨੂੰ, ਸਾਰੀ ਸੰਗਤ ਨੇ ਕਹਿੰਦਾ ਵੀ ਮਹਾਰਾਜ ਆ ਰਹੇ ਨੇ, ਘੋੜਾ ਆਇਆ ਭਗਤ। ਇੱਕ ਹੁੰਦਾ ਸਿੱਖ ਧੰਨਾ ਜੀ, ਇੱਕ ਹੁੰਦਾ ਭਗਤੂ ਜੀ, ਬਾਅਦ ਵਿੱਚ ਅੰਮ੍ਰਿਤਸਰ ਕੇ ਭਗਤ ਸਿੰਘ ਬਣ ਗਏ ਸੀ। ਉਹਨਾਂ ਘੋੜੇ ਦੀ ਰੱਸੀ ਫੜੀ, ਗੁਰੂ ਮਹਾਰਾਜ ਉੱਤਰ ਆਏ, ਸਾਰੀਆਂ ਸੰਗਤਾਂ ਨਮਸਕਾਰ ਕਰਦੀਆਂ ਨੇ। ਮਹਾਰਾਜ ਆ ਜਾਂਦੇ ਨੇ ਜਿੱਥੇ ਉਹ ਥੜਾ ਬਣਿਆ ਹੋਇਆ, ਉੱਥੇ ਆ ਕੇ ਬਰਾਜੇ। ਦਿਨ ਬਾਕੀ ਥੋੜ੍ਹਾ ਰਹਿ ਗਿਆ, ਦੇਖਦਾ ਵੀ ਆਪਾਂ ਮੱਥਾ ਟੇਕ ਦਿੰਦੇ, ਚਲੋ ਕੁਛ ਭੀੜ ਕੱਟ ਲਏ। ਉਸ ਵੇਲੇ ਕਹਿਣ ਲੱਗੇ ਜਾਲਮ ਸਿੰਘ, ਆਪਾਂ ਇੱਕ ਜਾਨਵਰ ਲਿਆਂਦਾ ਸੀ ਫੜ ਕੇ। ਹਾਂ ਗੁਰੂ ਪਿਤਾ ਜੀ, ਲਿਆ ਫਿਰ। ਉਹਦੇ ਕੰਮ ਵਧੇ ਹੋਏ, ਉਹ ਘੁੱਗੀ ਚਿੱਡਾ ਛਰਕ ਜੀ, ਉਹ ਬਾਜ ਦੇ ਅੱਗੇ ਰੱਖ ਦਿੱਤਾ, ਉਹ ਖੰਭ ਤੋੜ ਤੋੜ ਕੇ ਖਾ ਰਿਹਾ। ਉਹ ਕਿੱਥੇ ਕਰ ਦਿੱਤਾ, ਮੇਰੇ ਪਿਓ ਨੇ, ਗੁਰੂ ਦੇ ਤਾਂ ਦਇਆ ਹੀ ਹੈ। ਹਾਂ ਬੜੀ ਮਾੜੀ ਗੱਲ, ਮੈਨੂੰ ਆਉਣਾ ਨਹੀਂ ਸੀ ਚਾਹੀਦਾ। ਉਸ ਵੇਲੇ ਇਹਨੇ ਸੋਚਿਆ ਵੀ ਚਲੋ ਲੋਕ ਕੀ ਕਹਿਣਗੇ, ਆਪਾਂ ਮੱਥਾ ਟੇਕ ਹੀ ਦਿੰਦੇ ਹਾਂ। ਜਿਹੜੀ ਹੁੰਦੀ ਨਾ ਕੀੜੀ, ਇਹਨੂੰ ਸ਼ੀਸ਼ ਮਹਿਲ 'ਚ ਛੱਡ ਦਿਉ, ਉੱਥੇ ਕਹਿੰਦੀ ਵੀ ਕਿੱਥੇ ਸਿਰ ਤੁਰਨਾ ਵਿੱਚ, ਉਹ ਸਿਰ ਜੇ ਗੱਲ ਲੱਭ ਜਾਏ ਕਿਤੇ ਮਾੜਾ ਜਿਹਾ। ਚਲੋ ਮੱਥਾ ਟੇਕਿਆ। ਉਸ ਵੇਲੇ ਗੁਰੂ ਸਰਭਾਗ ਅੰਤਰਜਾਮੀ ਗੁਰੂ ਮਹਾਰਾਜ ਕਹਿਣ ਲੱਗੇ, ਸਾਧ ਸੰਗਤ ਕਈਆਂ ਦੇ ਮਨ 'ਚ ਆਇਆ ਹੋਣਾ ਵੀ ਆਹ ਜਾਨਵਰ ਜੀ ਹੁੰਦਾ, ਇਹ ਤੜਵਾ ਰਹੇ ਨੇ, ਬਾਜ ਖਾ ਰਿਹਾ। ਉਹ ਗੱਲ ਇਹ ਹੈ ਕਿ ਤੁਹਾਨੂੰ ਪਤਾ ਨਹੀਂ ਹੈ, ਜੇ ਕਿਸੇ ਬ੍ਰਹਮ ਗਿਆਨੀ 'ਤੇ ਸ਼ੰਕਾ ਕਰੀਏ ਨਾ, 6 ਕਲਾ ਵਿਰਾਗ ਦੀਆਂ ਨਸ਼ਟ ਹੁੰਦੀਆਂ, ਜੇ ਗੁਰੂ 'ਤੇ ਕਰੀਏ ਫਿਰ ਤਾਂ ਬਹੁਤਾ ਹੀ ਮਾੜੀ ਗੱਲ ਹੈ। ਉਹ ਪਿਛਲੇ ਜਨਮ ਦੇ ਅੰਦਰ ਇਹ ਜਿਹੜਾ ਸਾਡਾ ਬਾਜ ਸੀ, ਮਹਾਰਾਜ ਦੱਸਦੇ ਨੇ, ਇਹ ਹੁੰਦਾ ਰਾਜਾ, ਆਹ ਜਿਹੜਾ ਜਾਨਵਰ ਇਹ ਹੁੰਦਾ ਚੋਰ, ਇਹਨੇ ਚੋਰੀ ਕਰ ਲਈ ਰਾਜੇ ਦੇ। ਰਾਜਿਆਂ ਦੇ ਬੰਦੇ ਬੜੇ ਹੁੰਦੇ ਨੇ, CID ਦੇ ਉਹਨਾਂ ਪਤਾ ਕੱਢ ਲਿਆ ਵੀ ਆਹੀ ਹੈ, ਵਿਲੜਨਾ ਕੰਮ ਨਾ ਕਾਰ, ਚੰਗਾ ਖਾਂਦਾ ਚੰਗਾ ਉਡਾਉਂਦਾ, ਕਿੱਥੋਂ ਆਉਂਦੇ ਪੈਸੇ। ਇਹਨੂੰ ਫੜ ਲਿਆ, ਕੁੱਟ ਵੀ ਪਈ। ਉਹ ਰਾਜਾ ਪਰਮਾਤਮਾ ਸੀ, ਸੰਤ ਸੇਵੀ ਸੀ, ਇਹ ਕਹਿਣ ਲੱਗਾ ਵੀ ਮੈਂ ਚੋਰੀ ਨਹੀਂ ਕੀਤੀ। ਕਹਿੰਦੇ ਕੀ ਸਬੂਤ ਹੈ? ਕਹਿੰਦਾ 100 ਗੁਰੂ ਦੀ ਮੈਂ ਨਹੀਂ ਹੈ ਚੋਰੀ ਕੀਤੀ, 100 ਗੁਰੂ ਦੀ, 100 ਗੁਰੂ ਦੀ ਮੈਂ ਨਹੀਂ ਚੋਰੀ ਕੀਤੀ। ਉਹ ਰਾਜਾ ਰੱਬ ਨੂੰ ਮੰਨਣ ਵਾਲਾ, ਕਹਿੰਦਾ ਠੀਕ ਹੈ ਛੱਡ ਦਿਉ, ਪਰ ਜਦੋਂ ਗੁਰੂ ਦੀ ਸੌਂਹ ਖਾਂਦਾ ਛੱਡੋ ਪਰ। ਸੋ ਸਾਧ ਸੰਗਤ, ਹੁਣ ਗੁਰੂ ਨੂੰ ਵਿੱਚ ਲੈ ਕੇ ਸੌਂਹ ਖਾਧੀ, ਚੋਰੀ ਇਹਨੇ ਕੀਤੀ ਸੀ, ਫਿਰ ਗੁਰੂ ਵਿੱਚ ਹੋ ਕੇ ਮੁਕਾਓ ਨਾ ਲੇਖਾ। ਉਹ 3 ਜਨਮਾਂ 'ਚ ਮੁੱਕਣਾ ਸੀ, ਅਸੀਂ ਤਾਂ ਨੇੜੇ ਹੀ ਨਿਬੇੜ ਦਿੱਤਾ, ਇਹਨੂੰ ਰੈਤ ਕਰ ਦਿੱਤਾ ਵੀ ਲੈ ਹੁਣੇ ਹੀ ਖਾ ਲੈ, ਝੂਠੀ ਸੌਂਹ ਨਾ ਖਾਇਓ, ਕੋਈ ਵੀ ਸਵਾਂ ਨਹੀਂ ਖਾਈ ਦੀਆਂ। ਸਾਰੀ ਸੰਗਤ ਨੇ ਕਿਹਾ ਮਹਾਰਾਜ ਗੁਰੂ ਪਿਤਾ ਜੀ ਨਾ, ਸੌਂਹ ਨਹੀਂ ਅਸੀਂ ਖਾਵਾਂਗੇ। ਹੁਣ ਪਤਾ ਕੀ ਹੈ, ਸਵੇਰੇ ਸਵੇਰੇ ਕੋਈ ਆਏ ਬਹਿ ਜਾ ਚਾਹ ਪੀ ਲੈ, ਸੌਂਹ ਗੁਰੂ ਦੀ ਮਾਤਾ ਸਵੇਰੇ ਹੀ ਪੀ ਲਈ ਸੀ, ਲੰਗਰ ਛਕ ਲੈ ਨਾ। ਸੌਂਹ ਗੁਰੂ ਦੀ ਮੈਂ ਤਾਂ ਛੱਕ ਕੇ ਹੀ ਚੱਲਿਆ ਸੀ, ਜਿਹਦਾ ਗੁਰੂ ਪੀਰ ਹੈ ਹੀ ਕੋਈ ਨਹੀਂ, ਉਹਨੂੰ ਕਿਤੇ ਸੌਂਹ ਖਾਂਦਿਆਂ ਕਿਤੇ ਚਿਰ ਲੱਗਦਾ, ਚੋਰਾਂ ਯਾਰਾਂ ਕੰਜਰਾਂ ਕਸਮਾਂ ਨਾਲ ਵਿਆਰ। ਸੋ ਗੁਰੂ ਜੀ ਕਹਿਣ ਲੱਗੇ ਸਾਧ ਸੰਗਤ, ਸੌਂਹ ਨਹੀਂ ਖਾਣਾ ਨਾ, ਪਰ ਦੇਖੋ ਇਹਦਾ ਕੀ ਹਾਲ ਹੈ,
ਹੁਣ ਸੋਚਦਾ ਕਪਾਲ ਦਾਸ ਵੀ ਗੁਰੂ ਮਹਾਰਾਜ ਤਾਂ ਅੰਤਰਜਾਮੀ ਨੇ, ਇਹ ਤਾਂ ਜਨਮਾਂ ਜਨਮਾਂ ਦੇ ਨਿਵੇੜੇ ਕਰਨ ਡਏ ਨੇ, ਪਰ ਜਿਹੜੇ ਪੈਸੇ 600 ਰੁਪਈਆ ਆਪਾਂ ਮੱਥਾ ਟੇਕਣਾ ਹੈ ਉਹ ਅਜੇ ਨਹੀਂ ਟੇਕਣੇ, ਨਾ ਅਜੇ ਕੁਛ ਹੋਰ ਵੇਖ ਲੈਂਦੇ ਹਾਂ। ਪਹਿਲੀ ਵਾਰੀ ਆਏ ਹੁਣ ਰਹਿਰਾਜ ਦਾ ਪਾਠ ਹੁੰਦਾ ਹੈ, ਕੀਰਤਨ ਸੁਲਾ ਹੁੰਦਾ ਹੈ, ਜਾਓ ਬਈ ਆਰਾਮ ਕਰੋ, ਸੰਗਤਾਂ ਜਾਂਦੀਆਂ ਮਹਾਰਾਜ ਨੂੰ ਮੱਥੇ ਟੇਕ ਕੇ, ਕਿਤੇ ਤੰਬੂ ਨੇ, ਕਿਤੇ ਕੋਠੇ ਨੇ, ਕਿਤੇ ਕਿਵੇਂ ਕਿਤੇ ਕਿਵੇਂ। ਜਦੋਂ ਸਵੇਰੇ ਸਵਾ ਪੈ ਰਾਤ ਰਹਿ ਗਈ, ਉਸ ਵੇਲੇ ਨਗਾਰਾ ਵੱਜਿਆ, ਸਿੰਘ ਆਵਾਜ਼ਾਂ ਦਿੰਦੇ ਨੇ ਵੀ ਉੱਠੋ, ਇਸ਼ਨਾਨ ਕਰੋ, ਭਜਨ ਕਰੋ, ਪਾਠ ਕਰੋ। ਬਾਣੀ ਵਿੱਚ ਇਉਂ ਦੱਸਿਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ ਜੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਜੀ, ਮਨ ਤਨ ਭਏ ਅਰੋਗਾ ਜੀ। ਇਸ਼ਨਾਨ ਸਰੀਰ ਦਾ ਪਾਣੀ ਨਾਲ, ਮਨ ਦਾ ਬਾਣੀ ਨਾਲ, ਮਨ ਤਨ ਪਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਪੜੋ ਸੁਣੋ ਨਿਤ ਭਾਈ, ਸਤਿਗੁਰ ਪੂਰੇ ਤੋਂ ਰੱਖਿਆ। ਸੋ ਇਸ਼ਨਾਨ ਦਾ ਬੜਾ ਫਲ ਹੁੰਦਾ, ਚਾਰ ਪਹਿਰ ਹੁੰਦੇ ਨੇ, 6 ਵਜੇ ਤੋਂ 9 ਵਜੇ ਤੱਕ ਪਹਿਲਾ ਪੈਰ, 9 ਤੋਂ 12 ਦੂਸਰਾ ਪੈਰ, 12 ਤੋਂ 3 ਤੀਸਰਾ ਪੈਰ, 3 ਤੋਂ 6 ਚੌਥਾ ਪੈਰ, ਚੌਥੇ ਪੈਰ ਸੁਬਹ ਕੇ ਸੁੱਤਿਆਂ ਉਪਜੈ ਚਾਉ, ਨਾਨਕ ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁੱਖ ਸੱਚਾ ਨਾਉ। ਥੋੜ੍ਹਾ ਜਿਹਾ ਇੱਥੇ ਅਟਕ ਕੇ ਪੜ੍ਹਨਾ, ਮਨ ਮੁੱਖ ਸੱਚਾ ਨਾਉ, ਜੇ ਛੇਤੀ ਨਾ ਪੜ੍ਹ ਦਿਓ ਮਨ ਮੁੱਖ ਸੱਚ ਉਹ ਗਲਤ ਹੋ ਜਾਂਦਾ, ਮਨ ਮੁੱਖ ਸੱਚਾ ਨਾਉ। ਸੋ ਐਸੇ ਐਸੇ ਨਾਮ ਰਸੀਏ, ਪਿੰਨੀ ਰਹਿਣੜੀਏ, ਚਮਕਣ ਤਾਰੇ, ਜਾਗਣ ਸੰਤ ਦੇ ਨਾਮ ਮੇਰੇ, ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅੰਦਰ, ਚਰਨ ਕਮਲ ਧਿਆਨ ਹਿਰਦੇ ਪ੍ਰਭਿਸਰ ਨਾਹੀ ਇੱਕ ਨੂੰ। ਸੋ ਇਸ਼ਨਾਨ ਕਰਦੇ ਨੇ, ਗੁਰਬਾਣੀ ਦਾ ਪਾਠ ਕਰਦੇ ਨੇ, ਕੋਈ ਸਮਾਧੀਆਂ 'ਚ ਜੁੜਦਾ, ਕੋਈ ਸਿਮਰਨ ਕਰਦਾ, ਥੋੜ੍ਹਾ ਜਿਹਾ ਸਮਾਂ ਲੰਘਦਾ, ਸੰਗਤ ਆ ਜੁੜੀ ਰਾਤ ਵਾਲੇ ਥਾਂ। ਉਸ ਵੇਲੇ ਕੀਰਤਨ ਵਾਲੇ ਆ ਗਏ, ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ। ਜਾਵਾਂ ਬਲਹਾਰ ਜੀ ਮੈਂ ਆਪਣੇ ਗੁਰਾਂ ਤੋਂ, ਜਾਵਾਂ ਬਲਹਾਰ ਜੀ ਮੈਂ ਆਪਣੇ ਗੁਰਾਂ ਤੋਂ, ਆਪਣੇ ਗੁਰਾਂ ਤੋਂ।
ਇੱਕ ਤਿਲਾਂ ਦਾ ਬੂਟਾ ਹੁੰਦਾ ਹੈ, ਫਲਦਾ ਵੀ ਹੈ, ਫੁੱਲਦਾ ਵੀ ਹੈ, ਡੋਡੀਆਂ ਵੀ ਲੱਗਦੀਆਂ ਵਿੱਚ ਸਵਾ। ਮਨਮੁੱਖ ਆਦਮੀ ਕੋਲ ਪੈਸੇ ਵੀ ਬੜੇ ਹੁੰਦੇ ਨੇ, ਧੀਆਂ ਪੁੱਤਰ ਵੀ ਹੁੰਦੇ ਨੇ, ਫਲਦਾ ਵੀ ਹੈ, ਫੁੱਲਦਾ ਵੀ ਹੈ, ਤੰਦਾਰ ਲਛਮੀ ਪਾਪੀ ਕੇ ਵੀ ਹੋਏ, ਵਿੱਚ ਵਿਕਾਰਾਂ ਰੂਪੀ ਸਵਾ, ਪੀਤਨ ਵਿੱਚ ਸਵਾ। ਸੋ ਇਹ ਪਾਠ ਕੀਰਤਨ ਹੋ ਰਿਹਾ। ਗੁਰੂ ਮਹਾਰਾਜ ਵੀ ਆ ਦਰਸ਼ਨ ਦਿੱਤੇ ਉੱਥੇ ਰਾਤ ਵਾਲੀ ਥਾਂ ਮਹਾਰਾਜ ਬ੍ਰਜ, ਜਾਂ ਸੂਰਜ ਜੀ ਦੀ ਟਿੱਪੀ ਨਿਕਲੀ, ਆਸਾ ਦੀ ਵਾਰ ਕੀਰਤਨ ਦੀ ਅਰਦਾਸ ਹੋ ਗਈ। ਮੇਰਾ ਦਾ ਵੀ ਇਹੀ ਹੈ ਵੀ ਸੂਰਜ ਦੀ ਟਿੱਪੀ ਨਿਕਲਦੇ ਸਾਰ ਆਸਾ ਦੀ ਵਾਰ ਅਰਦਾਸ ਹੋ ਜਾਣੀ ਚਾਹੀਦੀ ਹੈ। ਸੋ ਉਸ ਵੇਲੇ ਇਹ ਵੀ ਆ ਗਿਆ ਗੋਪਾਲ ਦਾ 600 ਰੁਪਈਆ ਵੀ ਹੈ ਕੋਲ, ਕੁਛ ਹੋਰ ਵੀ ਹੈ 10-20 ਖਰਚਾ ਨਾਲ। ਕੀਰਤਨ ਵੀ ਸੁਣਿਆ, ਗੁਰੂ ਮਹਾਰਾਜ ਦੇ ਦਰਸ਼ਨ ਕਰਦਾ ਹੈ, ਗੁਰੂ ਜੀ ਨੇ ਗਲ ਵਿੱਚ ਫੁੱਲਾਂ ਦਾ ਹਾਰ, ਯਾਦ ਰਹੇ ਗੁਰੂ ਕੇ ਮਹਿਲ ਮਾਤਾ ਜੀ ਤੋਂ ਜੀ, ਜੋ ਬਾਅਦ ਵਿੱਚ ਅੰਮ੍ਰਿਤਸਰ ਕੇ ਅਜੀਤ ਕੌਰ ਹੋਏ। ਇੱਕ ਇਹ ਸਨ, ਇੱਕ ਮਾਤਾ ਸੁੰਦਰ ਕੌਰ ਜੀ ਹੁੰਦੇ, ਮਾਤਾ ਸਾਹਿਬ ਕੌਰ ਜੀ ਹੁੰਦੇ। ਮਾਤਾ ਜਿਹੜੇ ਮਾਤਾ ਅਜੀਤ ਕੌਰ ਜੀ ਹਨ, ਇਹਨਾਂ ਦੇ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਅਤੇ ਮਾਤਾ ਸੁੰਦਰੀ ਜੀ ਦਾ ਇੱਕ ਸਾਹਿਬਜ਼ਾਦਾ ਜੁਝਾਰ ਸਿੰਘ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜਿਨ੍ਹਾਂ ਦੇ ਭਰਾ ਦਾ ਨਾਂ ਸਾਹਿਬ ਚੰਦ, ਖਾਲਸਾ ਪੰਥ ਗੁਰੂ ਜੀ ਨੇ ਇਹਨਾਂ ਦੀ ਚੋਲੀ ਪਾਇਆ। ਮਾਤਾ ਜੀਤੋ ਜੀ ਜੋ ਪੁਰਾਣਾ ਨਾਂ ਹੈ, ਆਪ ਜੀ ਨੇ ਆਪਣਾ ਪਵਿੱਤਰ ਸਰੀਰ ਅਨੰਦਪੁਰ ਸਾਹਿਬ ਛੱਡਿਆ, ਦੂਸਰੀਆਂ ਦੋਵਾਂ ਮਾਤਾ ਜੀ ਨੇ ਦਿੱਲੀ ਛੱਡਿਆ। ਸੋ ਵਿਚਾਰ ਹੋ ਰਹੀ ਸੀ ਕਿ ਮਾਤਾ ਜੀਤੋ ਜੀ ਜਿਹੜੇ ਹਨ, ਇਹ ਫੁੱਲਾਂ ਦਾ ਹਾਰ ਇੱਕ ਬਾਗ, ਗੁਰੂ ਦੇ ਬਾਗ ਵਿੱਚ ਭਾਈ ਕੇਸਰਾ ਜੋ ਅੰਮ੍ਰਿਤਸਰ ਕੇ ਕੇਸਰ ਸਿੰਘ ਹੋਇਆ, ਉਹ ਫੁੱਲ ਲਿਆਉਂਦਾ ਹੁੰਦਾ, ਉਹ ਹਾਰ ਬਣਾ ਦੇਣਾ ਜਾਂ ਮਾਤਾ ਜੀ ਨੂੰ ਸ਼ਾਮ ਨੂੰ ਫੁੱਲ ਦੇ ਜਾਣੇ ਜਾਂ ਸਵੇਰੇ ਸਵੇਰੇ। ਸੋ ਮਾਤਾ ਜੀ ਨੇ ਹਾਰ ਬਣਾ ਕੇ ਜਦੋਂ ਸੰਗਤਾਂ ਵਿੱਚ ਦਰਸ਼ਨ ਦੇਣ ਜਾਣਾ ਗੁਰੂ ਮਹਾਰਾਜ ਨੇ, ਸੋ ਮਾਤਾ ਜੀ ਨੇ ਆਪਣੇ ਪਤੀ ਪਰਮੇਸ਼ਰ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾ ਕੇ ਨਮਸਕਾਰ ਕਰਕੇ ਆਪ ਸਿਮਰਨ ਵਿੱਚ ਬੈਠਣਾ ਅਤੇ ਗੁਰੂ ਜੀ ਨੇ ਇੱਥੇ ਆ ਜਾਣਾ। ਹਾਰ ਪਾਉਣ ਦੇ ਕਈ ਅਰਥ, ਕਈ ਮਤਲਬ, ਥੋੜ੍ਹੀ ਜਿਹੀ ਇਸ 'ਤੇ ਵਿਚਾਰ। ਸਿੱਖ ਗੁਰੂ ਨੂੰ ਪਾਉਂਦਾ ਹੈ, ਉਸਦਾ ਮਤਲਬ ਇਹ ਹੈ ਤਨ ਮਨ ਧਨ ਮੈਂ ਤੁਹਾਨੂੰ ਅਰਪਣ ਕਰਦਾ ਹਾਂ। ਬੀਬੀ ਆਪਣੇ ਪਤੀ ਦੇ ਗਲ ਵਿੱਚ ਪਾਉਂਦੀ ਹੈ, ਉਹਦਾ ਮਤਲਬ ਵੀ ਇਹੀ ਬਣਦਾ ਹੈ ਅਤੇ ਬੜੀਆਂ ਅਰਦਾਸਾਂ ਹੁੰਦੀਆਂ ਹੈ ਕਿ ਤੁਸੀਂ ਜੁਗੋ ਜੁਗ ਇਸ ਤਰ੍ਹਾਂ ਦਰਸ਼ਨ ਦਿੰਦੇ ਰਹੋ। ਬੜੀ ਇੱਕ ਪਿਆਰ ਦੀ ਭਾਵਨਾ ਹੈ। ਮਿੱਤਰ ਮਿੱਤਰ ਦੇ ਗਲ ਵਿੱਚ ਪਾਉਂਦਾ ਹੈ, ਉਹ ਕਹਿੰਦਾ ਜਦੋਂ ਤੈਨੂੰ ਦੁੱਖ ਮੁਸੀਬਤ ਬਣੇ, ਤੇਰੀ ਇੱਜ਼ਤ ਨੂੰ ਖਤਰਾ ਹੋਵੇ, ਮੈਂ ਆਪਣਾ ਸਿਰ ਦੇ ਦਾਂਗਾ, ਇਸ ਕਰਕੇ ਮੈਂ ਤੈਨੂੰ ਹਾਰ ਜਿਹੜਾ ਹੈ ਉਹ ਪਾ ਰਿਹਾ ਹਾਂ। ਸਾਡੇ ਦੇਸ਼ ਵਿੱਚ ਦਰਬਾਸ਼ਾ ਰਿਖੀ ਜੀ ਸਤਯੁਗ ਵਿੱਚ ਸਵਰਗਾਂ ਦਾ ਰਾਜਾ ਇੰਦਰ ਹਾਥੀ 'ਤੇ ਚੜ੍ਹਿਆ ਆ ਰਿਹਾ ਸੀ, ਉਹਦੇ ਗਲ ਵਿੱਚ ਪਾਇਆ। ਚੇਲੇ ਨੂੰ ਕਿਹਾ ਫੁੱਲ ਲਿਆ ਜੰਗਲ ਤੋਂ, ਤੋੜ ਕੇ ਕਹਿਣ ਲੱਗੇ ਚਲੋ ਵਿਚਾਰੇ ਦੀ ਸਰਗ ਸਵਰਗ ਬਣੀ ਰਹੇ, ਰਾਜਾ ਹੈ ਚੰਗਾ ਬਾਬਾ ਜਗਜੂ ਕਰਦਾ। ਉਹ ਗਲ ਵਿੱਚ ਪਾਇਆ, ਉਹਨੇ ਲਾਹ ਕੇ ਹਾਥੀ ਦੇ ਕੰਨ ਨੂੰ ਪਾ ਦਿੱਤਾ ਵੀ ਇਹੋ ਜਿਹੇ ਫੁੱਲ ਸਾਡੇ ਤਾਂ ਪੈਰਾਂ 'ਚ ਰੁਲਦੇ ਫਿਰਦੇ। ਕਹਿੰਦੇ ਗੱਲ ਫੁੱਲਾਂ ਦੀ ਨਹੀਂ, ਗੱਲ ਹੋਰ ਸੀ, ਚੰਗਾ ਤੇਰੀ ਸਵਰਗ ਉੱਜੜ ਜਾਏ ਧੱਕੇ ਖਾਂਦਾ ਫਿਰੇ, ਤੇਰਾ ਇਹ ਕੁਛ ਨਾ ਰਹੇ। ਸੁਭਾਅ ਵੀ ਕੁਛ ਇਹੋ ਜਿਹਾ ਇਸੇ ਤਰ੍ਹਾਂ ਇੰਦਰ ਨਾਲ ਹੋਇਆ। ਹੁਣ ਕੀ ਹੈ ਇਹ ਜੀ ਹਾਰ ਪਾਏ ਜਾ ਰਹੇ ਨੇ, ਕਿਉਂ ਸਸਤੇ ਮਿਲਦੇ ਸੀ, ਮੈਂ ਕਿਹਾ ਪਾ ਦਿੰਦੇ, ਕੋਈ ਪਤਾ ਹੀ ਨਹੀਂ ਕਿ ਇਹਦਾ ਮਤਲਬ ਕੀ ਹੈ, ਇਹਦਾ ਅਰਥ ਕੀ ਹੈ, ਪਾਉਣੇ ਨਹੀਂ ਪਾਉਣੇ। ਸੋ ਗੁਰੂ ਕੇ ਮਹਿਲ ਜਿਹਨੇ ਮਾਤਾ ਜੀ ਮਹਾਰਾਜ ਦੇ ਹਾਰ ਪਾਇਆ, ਆਪ ਜੀ ਆਥੜੇ 'ਤੇ ਬਰਾਜੇ ਦਰਸ਼ਨ ਦਿੱਤੇ। ਹੁਣ ਇਹਨੇ ਵੀ ਆਪ ਮੱਥਾ ਟੇਕਿਆ, ਉਹ ਜੈਨ ਨਗਰੀ ਵਾਲਾ ਗੋਪਾਲ ਦਾਸ, ਉਹ ਜੋ 600 ਰੁਪਈਆ ਸੀ ਗੁਰੂ ਮਹਾਰਾਜ ਦੇ ਚਰਨਾਂ 'ਚ ਕਰ ਦਿੱਤਾ ਸਾਹਮਣੇ ਟੇਰੀ। ਗੁਰੂ ਜੀ ਬਨਵਾਜ, ਮੈਂ ਉਜੈਨ ਨਗਰੀ ਤੋਂ ਆਇਆ। ਮਹਾਰਾਜ ਕਹਿੰਦੇ ਹਾਂ ਜਾਣਦੇ, ਗੁਰੂ ਦਾ ਜਾਣਦਾ ਜਨਮਾਂ ਦੀਆਂ ਜਾਣਦੇ, ਪਰ ਕਾਕਾ ਤੁਹਾਡੇ ਘਰ ਵਿੱਚ ਸਿਦਕ ਰਹਿਣਾ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਤੁਸੀਂ ਸ਼ੰਕ ਕਰਨ ਲੱਗ ਗਏ ਗੁਰੂ ਘਰ 'ਤੇ। ਚੁੱਪ ਹੋ ਗਿਆ, ਉਹ ਗੱਲ ਸਮਝੇ ਨਹੀਂ ਕਿ ਕਿੱਡੀ ਵੱਡੀ ਹੋ ਗਈ, ਬਚਨ ਨਹੀਂ ਸਮਝਿਆ ਮਹਾਰਾਜ ਨੇ। ਸੋ ਮਹਾਰਾਜ 200 ਤਾਂ ਮੇਰੇ ਪਿਤਾ ਜੀ ਦਾ, 400 ਮੇਰਾ, ਮੈਨੂੰ ਦੱਸਿਆ ਸੀ ਉਹਨੇ ਵੀ ਬਹੁਤ, ਮੈਂ ਕਿਹਾ ਚਲੋ ਲੰਗਰ ਵਿੱਚ ਪਾਈ ਦਿੰਦੀ, ਇਹ ਤੇਰੀ ਮਰਜ਼ੀ, ਠੀਕ ਹੈ। ਮਹਾਰਾਜ ਮੈਂ ਰਹਿਣਾ 2-4 ਦਿਨ, ਭਾਵੇਂ ਮਹੀਨਾ ਰਹੀ ਜਾ। ਗੁਰੂ ਜੀ ਕਹਿੰਦੇ ਕੋਈ ਗੱਲ ਹੀ ਨਹੀਂ, ਹਜ਼ਾਰਾਂ ਸੰਗਤ ਹੈ, ਸੇਵਾ ਕਰਨ ਵਾਲੇ, ਦਰਸ਼ਨ ਕਰਨ ਵਾਲੇ, ਕਥਾ ਸੁਣ, ਉਹ ਭੀੜ ਬਹੁਤ ਹੈ, ਬਹਿ ਗਿਆ ਪਰਾਂ ਹੋ ਕੇ ਬਚਨ ਬਲਾਸ ਸੁਣਦਾ।
ਉਸ ਵੇਲੇ ਸੇਵਾ ਵਿੱਚ ਲੱਗ ਗਿਆ। ਸੇਵਾ ਬਾਰੇ ਇਉਂ ਦੱਸਿਆ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰੀਏ ਮਾਣ ਪਾਈਦੇ, ਜਪੀਏ ਤਾਂ ਦੂਰ ਹੁੰਦੇ ਸੇਵਾ ਕਰਕੇ ਮਾਣ ਪਾਈਦੇ, ਨਾਮ